ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸੁਣੋ ਜੀ ਕੁਲਵੀਰ ਸਿੰਘ ਦੇ ਨਾਲ ਚੈਨਲੀ ਦਾ ਪੰਜਾਬੀ YouTube ਉੱਤੇ ਚੈਨਲ ਆਪਣਾ ਖਬਰਾਂ ਦਾ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਉਹ ਖਬਰ ਉਹ ਚਰਚਾ ਇੱਕ ਨਿਊਜ਼ ਲੈ ਕੇ ਆਏ ਜੋ ਕਿ ਸਾਰੇ ਜਿਹੜੇ ਇੰਡੀਆ ਦੇ ਵਿੱਚ ਭਾਰਤੀ ਫਸੇ ਹੋਏ ਨੇ ਉਹਨਾਂ ਨੂੰ ਉਸ ਨਿਊਜ਼ ਦੀ ਲੋੜ ਹੋ ਸਕਦੀ ਹੈ ਹੁਣ ਕਿਹੜੀ ਨਿਊਜ਼ ਹੈ ਜੀ ਕੱਲ ਇਦਾਂ ਜੀ ਇੰਡੀਆ ਤੋਂ ਆਣ ਵਾਲੀਆਂ ਜਿਹੜੀਆਂ ਫਲੈਟਾਂ ਇਹਨਾਂ ਦੇ ਉੱਤੇ ਲੱਗ ਗਿਆ ਬੈਨ 30 ਜੁਲਾਈ ਤੱਕ ਬੈਨ ਲੱਗਾ ਹੋਇਆ ਪਰ ਹੁਣ ਜਿਹੜੇ ਬੰਦੇ ਇਟਲੀ ਦੇ ਵਿੱਚ ਰਹਿ ਰਹੇ ਨੇ ਕੰਮ ਕਰ ਰਹੇ ਨੇ ਉਹਨਾਂ ਦੇ ਮਾਲਕ ਉਹਨਾਂ ਨੂੰ ਕੰਮ ਤੋਂ ਕੱਢ ਸਕਦੇ ਨੇ ਕਿਸ ਹਿਸਾਬ ਦੇ ਨਾਲ ਵਾਪਸ ਆ ਸਕਦੇ ਆ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਤੁਸੀਂ ਇਦਾਂ ਕਰੋ ਕਿ ਆਪਣਾ ਜਿਹੜਾ ਈਮੇਲ ਆ ਤੁਹਾਨੂੰ ਆਪਣਾ ਟਿਕਟੌਕ ਦੀ ਵੀਡੀਓ ਦੇ ਉੱਤੇ ਫੇਸਬੁੱਕ ਤੇ ਉੱਤੇ ਤੁਹਾਨੂੰ ਅਸੀਂ ਦੱਸਿਆ ਕਿ ਕਿਸੇ ਹਿਸਾਬ ਨਾਲ ਤੁਸੀਂ ਜਿਹੜੀ ਇੰਡੀਆ ਦੀ ਐਮਬੈਸੀ ਉਹਦੇ ਨਾਲ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ ਈਮੇਲ ਕਰ ਸਕਦੇ ਹੋ ਪਰ ਹੁਣ ਇਹਦੇ ਵਿੱਚ ਵੀ ਇੱਕ ਛੋਟੀ ਜਿਹੀ ਪਰ ਹੈ ਗੱਲ ਕੁਛ ਇਦਾਂ ਹੈ ਕਿ ਇੰਡੀਅਨ ਆਪਾਂ ਇੰਡੀਆ ਦੇ ਵਿੱਚ ਰਹਿ ਕੇ ਜੇਕਰ ਅਸੀਂ ਗਵਰਨਮੈਂਟ ਵੈਬਸਾਈਟਾਂ ਜਿਹੜੀਆਂ ਈਮੇਲ ਹਨ ਉਹਨਾਂ ਨੂੰ ਕੰਟੈਕਟ ਵੀ ਕਰਦੇ ਹਾਂ ਹਜ਼ਾਰ ਬੰਦਾ ਘੱਟ ਤੋਂ ਘੱਟ ਜੇਕਰ ਅਸੀਂ ਰੱਖੇ ਇੰਡੀਆ ਦੇ ਵਿੱਚ ਫਸਿਆ ਹੋਇਆ ਹਜ਼ਾਰ ਬੰਦਾ ਜੇ ਕੰਟੈਕਟ ਕਰਦਾ ਹੋ ਸਦਾ 100 ਨੂੰ 200 ਨੂੰ 300 ਨੂੰ 400 ਨੂੰ 500 ਨੂੰ ਰ ਪਰ ਫਿਰ ਵੀ ਇੱਕ ਪ੍ਰੋਬਲਮ ਵਾਲੀ ਗੱਲ ਹੋ ਸਕਦੀ ਉਹ ਕੀ ਹੈ ਜੀ ਜਿਹੜਾ ਉਹ 500 ਬੰਦਾ ਉਹ ਬੰਨ ਜਾ ਰਹੇ ਜੀ ਉਹਨੂੰ ਪਤਾ ਨਹੀਂ ਲੱਗਣਾ ਕਿ ਗੱਲਬਾਤ ਕੀ ਹੈ ਤੇ ਇੱਕ ਇਹ ਵੀ ਹੋ ਸਕਦਾ ਕਿ ਜੋ ਅੰਬੈਸੀ ਨੇ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਕੰਮ ਹਰ ਇੱਕ ਦੀ ਈਮੇਲ ਉਹ ਚੈੱਕ ਨਹੀਂ ਕਰ ਸਕਦੇ ਹੋ ਹੋ ਸਕਦਾ ਕਿਉਂਕਿ ਹਰ ਇੱਕ ਬੰਦਾ ਬਿਜ਼ੀ ਹੁੰਦਾ ਉਹਨਾਂ ਦਾ ਕੰਮ ਹੋਰ ਵੀ ਜ਼ਿਆਦਾ ਬਿਜ਼ੀ ਵਾਲਾ ਤੇ ਇਸ ਲਈ ਪਿਛਲੇ ਸਾਲ ਵੀ ਅਸੀਂ ਇੰਡੀਅਨ ਅੰਬੈਸੀ ਦੇ ਨਾਲ ਜੋ ਕਿ ਇਟਲੀ ਦੇ ਵਿੱਚ ਰੋਮਾ ਦੇ ਵਿੱਚ ਉਹਨਾਂ ਦੇ ਨਾਲ ਕੰਟੈਕਟ ਕੀਤਾ ਸੀ ਇੱਕ ਫਾਈਲ ਤਿਆਰ ਕਰਵਾਈ ਸੀ ਉਸ ਫਾਈਲ ਦੇ ਵਿੱਚ ਅਸੀਂ ਜਿਹੜੇ ਇੰਡੀਆ ਦੇ ਵਿੱਚ ਫਸੇ ਹੋਏ ਬੰਦੇ ਸੀ ਉਹਨਾਂ ਦਾ ਨਾਮ ਵਗੈਰਾ ਸਾਰਾ ਕੁਝ ਲਿਆ ਸੀ ਤੇ ਇਸ ਵਾਰ ਫਿਰ ਅਸੀਂ ਇੱਕ ਫਾਈਲ ਤਿਆਰ ਕਰਨ ਜਾ ਰਹੇ ਹਾਂ ਆ ਜੋ ਕਿ ਆਪਾਂ तकरीबन ਹਫ਼ਤਾ ਖੋਲ ਕੇ ਰੱਖਣਾ ਜੀ ਉਸ ਤੋਂ ਬਾਅਦ ਅਸੀਂ ਇੰਡੀਆ ਏੰਬੈਸੀ ਨੂੰ ਭੇਜ ਦੇਣਾ ਤਾਂ ਜੋ ਕਿ ਉਹ ਕਿ ਇਸ ਟਾਈਮ ਜਿਹੜੀਆਂ ਇੰਡੀਆ ਦੀਆਂ ਫਲਾਈਟਾਂ ਜੇਕਰ ਬੈਨ ਲੱਗਾ ਆ ਇਹਨਾਂ ਨੂੰ ਇਟਲੀ ਦੀ ਜਿਹੜੀ ਇਟਲੀ ਦੇ ਜਿਹੜੇ ਸਿਹਤ ਮੰਤਰੀ ਹੈ ਜਿਨ੍ਹਾਂ ਨੇ ਲਾਇਆ ਉਹ ਕੋਈ ਨਹੀਂ ਹਟਾ ਸਕਦਾ ਹਾਂਜੀ ਸਪੈਸ਼ਲ ਫਲਾਈਟਾਂ ਸ਼ਾਇਦ ਚੱਲ ਸਕਦੀਆਂ ਸੀ ਤੁਹਾਨੂੰ ਕਹਿ ਰਹੇ ਹਾਂ ਸ਼ਾਇਦ ਚੱਲ ਸਕਦੀਆਂ ਉਹ ਕਿੱਦਾਂ ਚੱਲ ਸਕਦੀਆਂ ਜੇਕਰ ਆਪਣੀ ਭਾਰਤੀ ਸਰਕਾਰ ਇੰਡੀਅਨ ਸਰਕਾਰ ਜਿਹੜੀ ਇਟਲੀ ਦੀ ਇੰਡੀਆ ਦੇ ਵਿੱਚ ਇਟਲੀ ਦੇ ਵਿੱਚ ਇੰਡੀਅਨ ਐਮਬੈਸੀ ਹੈ ਜੇਕਰ ਉਹ ਇਟਲੀ ਦੇ ਨਾਲ ਗੱਲਬਾਤ ਕਰਨ ਉਹ ਸਮੱਸਿਆ ਜਿਹੜੀ ਪ੍ਰੋਬਲਮ ਪੈ ਰਹੀ ਹੈ ਇੰਡੀਆ ਨੂੰ ਆਪਣੇ ਵੀਰਾਂ ਨੂੰ ਉੱਥੇ ਭਾਰਤ ਵਿੱਚ ਜੋ ਫਸੇ ਨੇ ਜਿਉ ਉਹ ਸਮਝਾਣ ਤਾਂ ਫਿਰ ਸ਼ਾਇਦ ਸਪੈਸ਼ਲ ਫਲਾਈਟਾਂ ਜਿਹੜੇ ਬੰਦੇ ਇਟਲੀ ਦੇ ਵਿੱਚ ਰਹਿ ਰਹੇ ਨੇ ਕੰਮ ਦੀ ਪ੍ਰੋਬਲਮ ਆ ਰਹੀ ਹੈ ਉਹਨਾਂ ਦੇ ਲਈ ਸਪੈਸ਼ਲ ਫਲਾਈਟਾਂ ਚੱਲ ਵੀ ਸਕਦੀਆਂ ਨੇ ਇਸ ਕਾਰਨ ਇੱਕ ਲਿੰਕ ਅਸੀਂ ਤੁਹਾਨੂੰ ਦੇ ਰਹੇ ਹਾਂ ਉਹ ਲਿੰਕ ਸਾਈਟ ਤੇ ਸ਼ਾਇਦ ਤੁਹਾਨੂੰ ਸ਼ੋ ਹੋ ਹੁੰਦਾ ਹੋਊਗਾ ਉਸ ਉਹਦੇ ਉੱਤੇ ਕਲਿੱਕ ਕਰਿਓ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਕਿਸ ਹਿਸਾਬ ਦੇ ਨਾਲ ਸ਼ਾਇਦ ਇਹ ਨਾਲ ਇੱਕ ਵੀਡੀਓ ਵੀ ਚੱਲੂਗੀ ਜਿਹਦੇ ਵਿੱਚ ਤੁਹਾਨੂੰ ਦੱਸਿਆ ਹੋਊਗਾ ਕਿ ਕਿਸ ਹਿਸਾਬ ਦੇ ਨਾਲ ਇਹਨੂੰ ਤੁਸੀਂ ਭਰਨਾ ਹੈ ਆਪਣਾ ਨਾਮ ਭਰਨਾ ਹੈ ਆਪਣਾ ਡੇਟ ਆਫ ਬਰਥ ਭਰਨੀ ਆ ਆਪਣਾ ਯਾਨੀ ਕਿ ਡਾਟਾ ਭਰਨਾ ਜੀ ਪਰਸਨਲ ਤਾਂ ਜੋ ਇੰਡੀਅਨ ਐਮਬੈਸੀ ਨੂੰ ਅਸੀਂ ਜੋ ਇਟਲੀ ਦੇ ਵਿੱਚ ਆ ਕੰਟੈਕਟ ਕਰ ਸਕੀਏ ਜੀ ਤੇ ਇੱਕ ਹੋਰ ਜ਼ਰੂਰੀ ਗੱਲ ਜੀ ਜਿਸ ਟਾਈਮ ਤੁਸੀਂ ਆਪਣਾ ਜਿਹੜਾ ਆਪਣਾ ਪਰਸਨਲ ਡਾਟਾ ਇਹਦੇ ਵਿੱਚ ਫਿਲ ਕਰਦੇ ਆ ਜੀ ਤੁਹਾਨੂੰ ਅਸੀਂ ਇੱਕ ਗੱਲ ਦੀ ਗਾਰੰਟੀ ਦਿੰਦੇ ਆ ਤੁਹਾਨੂੰ ਕੋਈ ਏਜੰਟ ਜਾਂ ਜਾਂ ਫਿਰ ਟਿਕਟਾਂ ਵਾਲਾ ਨਹੀਂ ਕੰਟੈਕਟ ਕਰੇਗਾ ਜੇਕਰ ਤੁਹਾਨੂੰ ਕੋਈ ਕੰਟੈਕਟ ਕਰੂਗਾ ਜਿਹੜਾ ਸਾਡੇ ਕੋਲ ਡਾਟਾ ਉਹ ਸਿਰਫ ਅਤੇ ਸਿਰਫ ਤੁਹਾਨੂੰ ਅੰਬੈਸੀ ਕਰ ਸਕਦੀ ਹੈ ਤੁਹਾਡੀ ਜੋ ਈਮੇਲ ਆ ਸਿਰਫ ਅਸੀਂ ਉਹਦੇ ਵਿੱਚ ਡਾਟਾ ਸਿਰਫ ਅਤੇ ਸਿਰਫ ਅੰਬੈਸੀ ਦੇ ਨਾਲ ਹੀ ਸ਼ੇਅਰ ਕਰਨਾ ਕਿਸੇ ਹੋਰ ਦੇ ਨਾਲ ਤੁਹਾਡਾ ਜਿਹੜਾ ਇਹ ਪਰਸਨਲ ਡਾਟਾ ਸ਼ੇਅਰ ਨਹੀਂ ਕੀਤਾ ਜਾਊਗਾ ਕਿਉਂਕਿ ਸਾਨੂੰ ਵੀ ਪਤਾ ਕਿ ਇਹ ਜੋ ਪ੍ਰਾਈਵੇਸੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੀ ਤੇ YouTube ਤੇ ਆਪਣਾ ਚੈਨਲ ਤੁਹਾਨੂੰ ਅਸੀਂ ਦੱਸਿਆ ਕਿ ਇਥਾ ਪੰਜਾਬੀ ਆ ਇਹਦੇ ਉੱਤੇ TikTok ਦਾ ਵੀ ਲਿੰਕ ਅਸੀਂ ਦਿੱਤਾ ਤੁਸੀਂ ਸਾਨੂੰ TikTok ਉੱਤੇ ਵੀ ਫੋਲੋ ਕਰ ਸਕਦੇ ਹੋ Facebook ਉੱਤੇ ਸਾਡਾ Facebook ਦਾ ਵੀ ਚੈਨਲ ਦਾ ਲਿੰਕ ਸਾਡੀ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਜੀ facebook.com/ithapunjabi ਤੇ ਜਿੱਦਾਂ ਹੀ ਸਾਨੂੰ ਕੋਈ ਹੋਰ ਅਪਡੇਟ ਮਿਲਦਾ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਜਦੋਂ ਹੀ ਸਾਨੂੰ ਪਤਾ ਲੱਗਾ ਜੀ 18 ਤਰੀਕ ਨੂੰ ਕਿ ਇੰਡੀਆ ਦੀਆਂ ਫਲਾਈਟਾਂ ਬੰਦ ਹੋ ਗਈਆਂ ਉਸ ਟਾਈਮ ਹੀ ਅਸੀਂ ਤੁਹਾਨੂੰ ਅਪਡੇਟ ਦੇ ਦਿੱਤਾ ਹੈ ਤੇ ਇਹ ਸੀ ਛੋਟੀ ਜਿਹੀ ਵੀਡੀਓ ਹੁਣ ਤੁਸੀਂ ਇਸ ਦੇ ਨਾਲ ਸ਼ਾਇਦ ਵੀਡੀਓ ਚੱਲਦੀ ਹੋ ਸਕਦੀ ਹੈ ਜਿਹਦੇ ਵਿੱਚ ਦਿਖਾਇਆ ਹੋਊਗਾ ਕਿਸੇ ਸਾਹਦ ਨਾਲ ਤੁਸੀਂ ਕਲਿੱਕ ਕਰਨਾ ਤੇ ਕਿਹੜੀ ਫਾਈਲ ਖੁੱਲ੍ਹਣੀ ਹੈ ਤੇ ਕਿਸੇ ਸਾਹਦ ਨਾਲ ਉੱਥੇ ਤੁਸੀਂ ਆਪਣਾ ਨਾਮ ਭਰਨਾ ਬਹੁਤ ਹੀ ਸਿੰਪਲ ਤੇ ਤੇ ਸੌਖਾ ਤਰੀਕਾ ਜੀ ਤੇ ਜਿੱਦਾਂ ਹੀ ਉਸ ਤੋਂ ਬਾਅਦ ਸਾਨੂੰ ਕੋਈ ਅਪਡੇਟ ਮਿਲਦਾ ਹੈ ਤੁਹਾਡੇ ਨਾਲ ਇੱਕ ਵਾਰ ਫਿਰ ਰੂ ਰੂ ਹੋਵਾਂਗੇ ਜੀ ਕੁਲਵਿੰਦਰ ਸਿੰਘ ਦੇ ਨਾਲ ਤੁਸੀਂ ਸੁਣ ਲਈ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਸ਼ਾਮ ਦੇ ਅਪਡੇਟ ਦੇ ਵਿੱਚ ਮਿਲਦੇ ਹੁਣ ਚਲੋ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ